fuck what is the thing? Salatu wassalamu alayka ya sayyidi ya rasulullah wa ala alika wa ashabika ya sayyidi ya habiballah. ਬੱਲੇ ਬੱਲੇ ਲੋਕ ਜੀ ਮਾਮੂ ਨਮਾਜ਼ ਪੜ੍ਹੀ ਰਹੇ। ਹਾਂਜੀ ਮਾਮੂ ਨਮਾਜ਼ ਪੜ੍ਹੀ ਰਹੇ ਹੋ? ਠੀਕ ਆ ਅਲਹਮਦੁਲਿਲਾ। ਰਾਤੀ ਕੋਲ ਲੇਟ ਹੀ ਮੁੜੇ ਹੋ? ਰਾਤੀ ਮੈਂ ਲੇਟ ਪਹੁੰਚੇ ਹੋ? ਅੱਛਾ ਚਲੋ ਠੀਕ ਠੀਕ ਚਲੋ ਸਭ ਠੀਕ ਠਾਕ ਅਲਹਮਦੁਲਿਲਾ। ਪੜ੍ਹੀ ਰਹੇ ਨਮਾਜ਼ ਜੀ? ਹਾਂ ਅਲਹਮਦੁਲਿਲਾ ਠੀਕ ਠਾਕ। ਹਾਂ ਠੀਕ ਹੈ, ਮੈਂ ਸਫਾਈ ਸ਼ਾਈ ਕਰੀ ਗਿਆ ਸਾਰਾ। ਹਾਂ ਮੈਂ ਆਪਣੀ ਡਿਊਟੀ ਕਰਾਂ ਨਾ। ਚਾਏ ਪਰਾਠਾ ਅੰਡਾ ਤੇ ਨਾਲ ਹੀ ਚਾਰ ਇਹ ਮਾਕੜੀਆਂ ਦੋ ਧੜੇ ਪਹਿਲੇ ਪਈਆਂ ਸਨ। ਇਹ ਕੱਚੀਆਂ ਮਾਕੜੀਆਂ ਨੇ ਬਗੈਰ ਛਿਲੜੀ ਤੋਂ, ਜਿਹੜੀਆਂ ਚੱਕੜਾ ਢੱਠੀਆਂ ਤਰੇ ਧੜੇ ਹੋਏ ਗਏ। ਚੌਧਰੀ ਕਬੀਰ ਨੇ ਘਰ ਗਈਆਂ, ਇਹ ਗਲੀ ਗਈਆਂ, ਹੁਣ ਮੈਂ ਖਾਣਾ ਆ ਨਾਲ ਮਰਚ ਦਾ ਕਰੇਲਾ ਖਾਣੇ ਤੋਂ ਅੱਛਾ ਨਾਸ਼ਤਾ ਹੋਈ ਗਿਆ ਨੇ ਤਿਆਰ, ਨਹੀਂ ਤਾਂ ਮੈਂ ਤਾਂ ਸ਼ੁਰੂ ਕਰ ਲਿਆ ਨੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਹਾਂਜੀ ਸੁਬਾਹ ਨੇ 6 ਵਜੇ ਤਾਂ 23 ਮਿੰਟ ਹੋਏ ਤਾਂ ਸਵੇਰਾ ਸਵੇਰਾ ਤੱਕ ਹੀ ਸਕਦੇ ਹਾਂ। ਮੈਂ ਸ਼ਿਕਾਰਿਆਂ ਪਰ ਬੀ ਗਿਆ, ਗਲੇਲ ਨਾਲ ਹੀ ਆਪਣਾ ਗੋਲੀਆਂ ਵੀ ਟੀਆਂ ਵਾ, ਡਿਫਰੈਂਟ ਡਿਫਰੈਂਟ ਸਾਈਜ਼ਾਂ ਨੇ, ਡਿਫਰੈਂਟ 6 ਨੰਬਰ ਨੇ, 4 ਨੰਬਰ ਨੇ, 8 ਨੰਬਰ ਵਾਲੇ ਐਲ ਜੀ ਨੇ, ਵਿੱਚ 2 ਪਏ ਗਏ। ਇਹ ਕਰਤੂਸ ਰੱਖੇ ਹੋਏ ਕਿਉਂਕਿ ਗਿਟਾਰ ਨੱਚਣੀ ਹੁਣ ਚਿੜੀਆਂ ਰੌਲਾ ਬਾਹਿਆ ਸੀ। ਮੈਂ ਅੰਦਰ ਸੋ ਚਾਹ ਪੀਣਾ ਪਿਆ ਤਾਂ ਆਵਾਜ਼ ਆਈ, ਬਾਹਰ ਨਿਕਲਿਆ ਤਾਂ ਉੱਡਰੀ ਗਈਆਂ। ਹੁਣ ਮੈਂ ਬਹਿ ਗਿਆ ਕੁਰਸੀ ਡਾਈ ਦਾਦਾ, ਹੁਣ ਛੰਡੇ ਉੜੇ ਧੱਕੇ ਫਿਰ ਮੈਂ ਸਹੀ ਦੱਸਣਾ ਸ਼ਿਕਾਰ ਕਰੀਦਾ। ਇਹਨੇ ਗਿਟਾਰ ਜਾਨ ਤਾਂ ਪਾਈ ਕਿਉਂਕਿ ਚਿੜੀਆਂ ਕੀ ਥਾ ਰਹਿਣ ਹੀ ਨਹੀਂ ਦੇਣੀਆਂ। ਮੈਂ ਵੀ ਕੋਈ 2 ਗਿਟਾਰਾਂ ਹੀ ਆ ਖਾਲੀ ਜਿਹੜੀਆਂ ਰੋਜ਼ ਅੱਛੀਆਂ ਇੱਥੇ। ਅੱਜ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਵਾਲੇਕੁਮ ਵੀਵਰਸ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਉਮੀਦ ਕਰਨਾ ਹੈ ਕਿ ਠੀਕ ਠਾਕ ਹੋ। ਸੋ ਤਾਂ ਅੱਲਾਹ ਪਾਕ ਨੇ ਸਹੀ ਮਾਨੀ ਚੋ ਸੋ। ਅਲਹਮਦੁਲਿਲਾ ਮੈਂ ਵੀ ਠੀਕ ਹਾਂ, ਕਾਫੀ ਬਿਹਤਰ ਹਾਂ, ਜ਼ਖਮ ਵੀ ਠੀਕ ਹੈ, ਅੱਜ ਕਾਫੀ ਸਾਰਾ ਬਿਹਤਰ ਦਿਸਣਾ ਪਿਆ ਜਨਾਬ। ਹੁਣ ਮੈਂ ਜੁਲਿਆ ਜ਼ਰਾ ਬਾਜ਼ਾਰੇ 'ਚ, ਬਾਜ਼ਾਰੇ ਜੁਲੇ ਹਾਂ ਤਾਂ ਉੱਥੇ 1-2 ਨਿੱਕੇ ਨਿੱਕੇ ਕੰਮ ਨੇ ਉਹ ਕਰਨੇ ਆ, ਤਾਂ ਨਾਲ ਤੁਸੀਂ ਕਿ ਵੀ ਵਿਊ ਕਰਾਉਣੇ ਆ ਬਾਜ਼ਾਰਿਆਂ ਨਾਲ। ਅੱਗੇ ਵੀ ਜਿੱਦੇ ਜਿੱਦੇ ਗਿਆ ਤੁਸਾਂ ਨਾਲ ਇਨਸ਼ਾਅੱਲਾ ਸ਼ੇਅਰ ਕਰਸਾਂ। ਜਿਹੜਾ ਕੋਈ ਨਵਾਂ ਮਨ ਨਾਲ ਜੁਲਿਆ ਪਲੀਜ਼ ਮੇਰੀ ਸਬਸਕ੍ਰਾਈਬ ਕਰਿਆ, ਤਾਂ ਮਾੜੀ ਫਿਲਮ ਅਗਰ ਚੰਗੀ ਲੱਗਿਆ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰੇ। ਤਾਂ ਅੱਛਾ ਜਿਲ੍ਹਾ ਹੁਣ ਪਹਿਲੇ ਬਾਜ਼ਾਰ, ਬਾਜ਼ਾਰਾਂ ਤੋਂ ਬਾਅਦ ਜਿੱਦੇ ਜਿੱਦਰ ਗਿਆ ਸਾਨੂੰ ਸ਼ੇਅਰ ਕਰਸਾਂ ਇਨਸ਼ਾਅੱਲਾ। ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਕਰਨੀ ਆ ਗਈ ਹੈ। ਪਰ ਟੈਂਪਰੇਚਰ ਜਨਾਬ ਇਸ ਵੇਲੇ 38 ਹੈ, ਅੱਜ 40 ਪਰ ਜਾ ਸੀ 41। ਫਿਲਹਾਲ 38 ਹੈ ਟੈਂਪਰੇਚਰ, ਅੱਜ ਦਿਹਾੜਾ ਨੇ ਟਿਊਜ਼ਡੇ ਯਾਨੀ ਮੰਗਲਵਾਰ, ਤਾਰੀਖ ਨੇ ਅੱਜ 28 ਤਾਰੀਖ ਹੈ। ਸਨੀ ਡੇ ਹੋ ਸੀ ਫੁੱਲ, ਕੋਈ ਬਾਰਿਸ਼ਾਂ ਨਾ ਇਮਕਾਨ ਕੋਈ ਨਹੀਂ ਕਿਸੇ ਪਾਸੋਂ ਵੀ, ਜਦ ਤੱਕ ਤਾਂ ਕੋਈ ਨਹੀਂ ਦੱਸਣੇ ਤਾਂ ਸ਼ਾਮੀ ਭਾਵੇਂ ਤੇਰਾ ਕਈ ਵਾਰੀ ਝੱਖੜ ਆਈ ਜਾਣਾ ਹੋਣਾ। ਹੁਣ ਲਿਫਟ ਲਾਉਂਦੇ ਹਾਂ, ਮਾਮੂ ਨੇ ਮੋਟਰਸਾਈਕਲ ਇੱਥੇ ਖਲਤਾ ਵਾ ਕਰੇ ਹੀ ਅਸਲ ਪੂਰਾ ਜੀ ਉਮਰ।
ਫਿਲਹਾਲ ਕੋਈ ਲਿਫਟ ਦਾ ਬੰਦੋਬਸਤ ਨਹੀਂ ਹੋ ਸਕਿਆ, ਪੈਦਲ ਮਾਰਚ ਕਰਨਾ ਬੱਲੇ ਬੱਲੇ। ਬਰਸੀਨਾ ਨਾ ਅੱਛਾ ਤਾਂ ਬਾਕੀ ਠੀਕ ਆ, ਦੇ ਬਾਹਰ ਨਾ ਵੀਓ। 9:10 ਹੋਈ ਗਏ ਤਾਂ ਧੁੱਪ ਕੜਾਕਿਆ ਨਹੀਂ ਹੈ, 9 ਸਮਝ ਗਏ, 9:15 ਵੀ ਨਹੀਂ ਜਾਵੇ ਤਾਂ ਧੁੱਪ ਤਾਂ ਨਹੀਂ ਚੜੀ ਵੀ। ਕੁੱਕਰ ਚੁਗਣੇ ਪਏ ਬੱਚਿਆਂ ਦੀ ਕੁੱਕੜੀ ਵੀ ਉਹ ਦੱਸ ਗਏ ਜੀ, ਡੈਂਜਰ ਜਗ੍ਹਾ ਇੱਥੇ ਮੈਂ ਤੱਕਰੀਆਂ ਵਿਚਕਲਾਂ ਵੀ, ਕਿਉਂਕਿ ਸ਼ਿਕਾਰ ਨੇ ਦਿਹਾੜੇ ਨੇ ਸ਼ਿਕਾਰ ਲੱਗਣਾ ਵਿਚਕਲਾ ਪਰ ਤਾਂ ਮੱਛੀ ਨਾ ਬੱਚਾ ਨਿਕਲ ਲੱਭੜੀ ਦਾ, ਉਹ ਤਾਂ ਮੇਰੇ ਕੋਲ ਜਾਲ ਹੀ ਗੋਣੀ ਜੇ ਬੱਚਾ ਲੱਭੜ ਸਾਂ। ਅਮਾਦ ਨਾਲ ਕੋਰਿਆ ਕਰਨੇ ਆ ਕੰਟੈਕਟ ਆਖਣਾ, ਉਸਨੇ ਨਾਲ ਕੋਈ ਆਈ ਜਾ ਰਾਬਤਾ ਹੋਇਆ ਤਾਂ ਉਸਨੇ ਨਾਲ ਕੋਈ ਕਰਸਾਂ ਪਰਸਾਂ ਮੇਰੇ ਕੋਲ ਫੋਨ ਨੰਬਰ ਬਣੇ, ਉਹ ਪੂਰਾ ਲੱਭਾ ਤਾਂ ਫਿਰ ਉਸਨੇ ਨਾਲ ਸ਼ਿਕਾਰ ਆਪਣੇ ਜਾ ਸਾਂ ਇਨਸ਼ਾ ਅੱਲਾਹ। ਮਿਸਤਰੀ ਆਏ ਬਰੇਕ ਕਰਨੇ ਪਏ ਸਵੇਰੇ ਸਵੇਰੇ, ਨਾਲ SNL ਵੀ ਲੱਗਾ ਵਾ। ਹਾਂਜੀ ਅਸਲਾਮ ਵਾਲੇਕੁਮ ਮੋਹਤਰਮ, ਕੀ ਹਾਲ ਹੈ? ਇਹ ਬਰਾਂਡਿਆਂ ਨੇ ਕਣੇ ਕੋਈ ਕੱਢੇ ਨੇ ਜਾਂ ਅੱਛਾ ਸਿੱਧਾ ਸਿੱਧਾ ਅੱਗਾ ਉਸੀ ਪਿੱਲਰ ਆਸਣ ਉੱਥੇ ਕਣਾ ਖੜ ਸਾਂ ਜੀ, ਪਿੱਲਰ ਨਾ ਬਸ ਜੀ, ਚਾਰ ਪਿੱਲਰ ਆਸਣ ਪੰਜ ਕੰਡੇ ਘਿਣੀਏ ਤੇਰੀ ਮਾਂ ਬੈਕ ਲੈਣੀ ਹੋਈ ਨੇ। ਤਾਇਆ ਕਿਆ ਹਾਲ ਆ, ਠੀਕ ਹੋ? ਠੀਕ ਹੋ, ਸ਼ੁਕਰ ਹੈ ਸ਼ੁਕਰ ਹੈ। ਗੁੱਡਾ ਪੁੱਠਾ ਹੀ ਚਲਾ ਉਹਨੇ ਥਿਆ ਜੀ, ਮਾੜੇ ਤਾਇਆ ਹਾਲਤ ਮਾੜੇ ਗਵਾਂਢੀ ਪਿੱਛਾ ਜੇ ਬੜੇ ਬਿਮਾਰ ਹੋ ਗਏ ਸੀ। ਹੇ ਕਬੀਰ ਨਾ ਅੰਬ ਹੈ ਗੁੱਸੇ ਮੈਂ ਦੱਸੀ ਸਕਾਂਗਾ, ਮੱਕੜੀਆਂ ਤਾਂ ਕਾਫੀ ਵਡੇਰੀਆਂ ਹੋਈਆਂ ਵਾ ਤਾਂ ਢੱਠੀਆਂ ਵੀ ਬੜੀਆਂ ਹੀ ਢੱਠੀਆਂ, ਅਜੇ ਵੀ ਅਲਹਮਦੁਲਿਲਾ ਬੜੀਆਂ ਨੇ, ਕਾਫੀ ਲੱਗੀਆਂ ਵਾ ਜੀ, ਪੂਰੇ ਬੇੜੇ ਕੱਢਿਆ ਵਾ ਅੰਬ ਜੀ, ਮਾਸ਼ਾ ਅੱਲਾ। ਇਸੇ ਨਾਲ ਮੱਕੜੀਆਂ ਥਿਨੀਆਂ ਪਰ ਪਤਲੀਆਂ ਹੋ ਗਈਆਂ। ਇਹ ਮਾਲਟਾ ਅੰਬ ਹੈ, ਇਸ ਨਾਲ ਵੀ ਕਾਫੀ ਲੱਗਣੀਆਂ ਪਰ ਇਸ ਵਾਰੀ ਲੱਗੀਆਂ ਬਹੁਤ ਸਨ, ਪਰ ਇਸ ਝੱਖਣੇ ਨਾਲ ਬਹੁਤ ਟੇਕਦੀਆਂ, ਜ਼ਿਆਦਾ ਟੇਕਦੀਆਂ, ਪਰ ਅਜੇ ਵੀ ਹੈ ਹੀ ਪਤਲੀਆਂ ਪਤਲੀਆਂ ਸਾਰਾ ਹੀ ਲੱਗੀਆਂ ਹੋਣ। ਵਾਰ ਮੱਟੀ ਜੀ ਹੈ, ਬਾਜ਼ਾਰ ਪੁੱਛੀ ਤਾਂ ਖਾਸਾਂ ਇਸ ਕੀ ਮੈਂ ਕੱਚੀਆਂ ਹੀ ਵਰੇ ਤਾਂ ਕਿਸੇ ਕਿਨੇ ਚਲੋ ਪਾਣੀ ਛਣਾ ਪਿਆ, ਇੱਧਰੋਂ ਛਣਾ ਪਿਆ, ਇੱਧਰ ਜਾਣਾ ਪਿਆ, ਉਹ ਸੜਕਿਆ ਕਰੇ ਪਾਣੀ। ਇਹ ਸਾਡੀ ਗਲੀ ਹੈ ਅਪਰਾ ਪਿੰਡ ਗੁਲਰੇ ਸਿੰਘ ਚਾਚਾ ਰਮਜਾਨ, ਇਹਨਾਂ ਕੋਲ ਕੁਛ ਸਭ ਪਾਣੀਆਂ ਨੇ ਬਾਰੇ ਤਾਂ ਕਹਿ ਕੇ ਬਸ ਹਨ। ਹਾਂਜੀ ਚਾਚਾ ਕੀ ਹਾਲ ਹੈ? ਕੁਦ ਫਿਰੀ ਆਏ ਹੋ ਬਾਜ਼ਾਰਾਂ ਚ? ਵਾਹ ਜੀ ਵਾਹ, ਬਿਸਕਟ ਤਾਂ ਡਰਿੰਕ, ਵੈਰੀ ਗੁੱਡ ਵੈਰੀ ਗੁੱਡ। ਇਹ ਪਾਣੀ ਕੁਦ ਰੋਚਣਾ ਪਾਣੀ ਜੀ, ਪਾਣੀ ਨਹੀਂ ਰੁਕਣਾ, ਤੇ ਕੁਦਾ ਬੰਦੇ ਲਾਇਵ ਨੇ? ਓ ਅਲਾ ਅਲਾ ਅਲਾ, ਚਾਚਾ ਕੁਝ ਬਾਈ ਗਏ ਵੀ ਸਮਝ ਕੋਈ ਨਹੀਂ ਲੱਗੀ ਕਹਿੰਦਾ।
ਮੇਰੇ ਸ਼ਕਾ ਚਾਚਾ ਦਾਣੇ ਸਾਫ ਕਰਨੇ ਆ ਸੰਤਾਂ ਨੇ ਬੰਦੇ ਕੇ ਲਾਏ ਘਰ ਇਹ ਪਾਇਆ ਉਸੇ ਨੇ ਸੰਤਾਂ ਹੀ ਨਹੀਂ ਲੱਗੀ ਕਿਉਂਕਿ ਉਹਨੇ ਘਰ ਦੋ ਬੰਦੇ ਲੱਗੇ ਹੋਏ ਬਾਜ਼ਾਰ ਪੁੱਛੀ ਆ ਜੀ ਬੱਲੇ ਬੱਲੇ ਅਲਹਮਦੁਲਿਲਾ ਵੀਵਰ ਬਾਜ਼ਾਰਾਂ 'ਚ ਪੁੱਛੀ ਆਏ ਹਾਂ ਅਲਹਮਦੁਲਿਲਾ ਦੂਰ ਦੀ ਨਹੀਂ ਜਾਣਾ ਆਪਣੇ ਅੱਡੇ ਪਰ ਪੁੱਛੀ ਆਏ ਹਾਂ ਇਹ ਰੱਖੀ ਸਕਦੇ ਹੋ ਸ਼ਹਿਜ਼ਾਦ ਮਾੜਾ ਭਰਾ ਗੇਟ ਸ਼ੇਟ ਖੋਲੀ ਉੜਿਆ ਓਪਨ ਕਰੀ ਉੜਿਆ ਕੈਰਮ ਹਾਜੀ ਰਾਜ ਕੇ ਇਧਰੂ ਹਾਜੀ ਜੀ ਕੀ ਹਾਲ ਹੈ ਠੀਕ ਹੋ ਵੀਵਰ ਸਾਡੀ ਟ੍ਰਾਇਲ ਗੇਮ ਸ਼ੁਰੂ ਹੋਏਗੀ ਕਿਉਂਕਿ ਅਸਾਂ ਦਾ ਮੁਕਾਬਲਾ ਤਾਂ ਹਾਜੀ ਨਾਲ ਲਵਾਉਣਾ ਹਾਜੀ ਜ਼ੁਲਫਾਰ ਹੋਰ ਨਾਲ ਵੈਸੇ ਅਸਾਂ ਟ੍ਰਾਇਲ ਕਰਨੇ ਪਏ ਹਾਂ ਹਾਜੀ ਮੁਖਤਾਰ ਤਾਂ ਸ਼ਹਿਜ਼ਾਦ ਬੈਠੇ ਨੇ ਤਾਂ ਮੈਂ ਤਾਂ ਜੋਇਨ ਸੈਕਟਰੀ ਅਸਾਂ ਮੈਚ ਲਾਈ ਕਿੱਦਾਂ ਚਲੋ ਹਾਜੀ ਹਾਜੀ ਹੋਰ ਅਸਾਂ ਤਾਂ ਮੈਚ ਤਾਂ ਫਿਰੀ ਹੋਈ ਨਾ ਅਸਾਂ ਵੈਸੇ ਟ੍ਰਾਇਲ ਹੈ ਸਾਡੀ ਫਿਲਹਾਲ ਸਾਡੀ ਗਾਟੀ ਪਏਗੀ ਬਿਸ਼ਾ ਕਹਿ ਚਲੋ ਚੰਗਾ ਸ਼ਾਟ ਆ ਤਮਾਸ਼ਾ ਹੀ ਬੱਲੇ ਬੱਲੇ ਇਕੱਠੇ ਹੋਣੇ ਪਏ ਬਾਹਰ ਨਾ ਵੀ ਸਹੀ ਕਰਾਉਣਾ ਬੱਲੇ ਬੱਲੇ ਤਮਾਸ਼ਾ ਹੀ ਬੱਲੇ ਬੱਲੇ ਇਕੱਠੇ ਹੋਣੇ ਪਏ ਕੋਈ ਜਸ਼ਨੇ ਕੋਈ ਜਾਣੇ ਆਹ ਤਮਾਸ਼ਾ ਹੀ ਇੱਕ ਸਾਲਾਂ ਬਾਅਦ ਤਮਾਸ਼ਾ ਹੀ ਫਿਰਨਾ ਪਿਆ ਇੱਧਰ ਮਾਵਾਂ ਵੀ ਆਈ ਗਏ ਤਾਂ ਅੱਜ ਸਾਡੇ ਬੜੇ ਪਲੇਅਰ ਨਹੀਂ ਆਏ ਬੜੇ ਪਲੇਅਰ ਤਾਂ ਸਾਡੇ ਨਹੀਂ ਆਏ ਜਿਹਨਾਂ ਦਾ ਇੰਤਜ਼ਾਰ ਹੈ ਉਹ ਅੱਛਾ ਤਾਂ ਫਿਰ ਗੇਮ ਹੋ ਸੀ ਅੱਜ ਵੀਵਰ ਨਵੀਂ ਗੇਮ ਲੱਗੀ ਗਈ ਹਾਜੀ ਮੁਖਤਾਰ ਵਰਸਸ ਹਾਜੀ ਜ਼ੁਲਫਕਾਰ ਚੈਲੰਜ ਮੁਕਾਬਲਾ ਆ ਇੱਧਰ ਮਾਵਾਂ ਸਗੀਰ ਬੈਠੇ ਹੋਏ ਨਾਲ ਇੱਧਰ ਮਾਵਾਂ ਇਸ਼ਤਿਆਕ ਬਲਦੀ ਵਾਲਾ ਬੈਠੇ ਹੋਏ ਦੋ ਹਾਜੀਆਂ ਸਾਰਿਆਂ ਨਾਲ ਗੇਮ ਸ਼ੁਰੂ ਹੋਏਗੀ ਪਹਿਲਾਂ ਪੱਟਾ ਖੁੱਲ੍ਹ ਗਿਆ ਮੁਕਾਬਲਾ ਸ਼ੁਰੂ ਹੈ ਤਮਾਸ਼ਾ ਬੈਠੇ ਹੋਏ ਮੈਂ ਖੇਡ ਰਿਹਾ ਇੱਕ ਗੇਮ ਅਗਲੀ ਗੇਮਾਂ ਨਾਲ ਵੇਟ ਕਰ ਲੰਬਾ ਮੌਕਾ ਦਾ ਹਾਂ ਜੀ ਵੀ ਵਰਦਿਆਂ ਤੱਕ ਸਕਦੇ ਹਾਂ ਉੱਪਰ ਆਇਆ ਵਾ 12:30 ਹੋ ਗਏ ਯਾਨੀ 27 ਦੀ ਤਾਂ ਗੇਮ ਲੱਗੀ ਵੀ ਹਾਜੀਆਂ ਨਹੀਂ ਸਾੜੀਆਂ ਨਹੀਂ ਮੈਂ ਜਲਿਆ ਅੱਗੇ ਜ਼ਰਾ ਤੇਰੀ ਟੂਰੀ ਸ਼ਾਮ ਡੇਰੇ ਤਨੇਰੇ ਡੇਰੇ ਜਲਿਆ ਤੱਕਣਿਆ ਉੱਥਾ ਕੂਣਾ ਤੂੰ ਬੈਠਾ ਵਾ ਜਾ ਕੋਈ ਕਾਸਮ ਭੱਟੀ ਨਾਲ ਸ਼ਾਗਿਰਦ ਲੱਗਾ ਵਾ ਸ਼ਾਗਿਰਦ ਲੱਗਣਾ ਪਿਆ ਇੱਧਰ ਵੀ ਜਣੇ ਬਿਜ਼ੀ ਹੈ ਉਹ ਆਏ ਨਾ ਉਹ ਸਹੀ ਆਣਾ ਜੁਲਿਆ ਜੀ ਡੋਰੇ ਨੇ ਬਹਿੜੇ ਤੱਕਣੇ ਆ ਭਨੇ ਆਪਣੇ ਨੇ ਕਿਸੇ ਰੌਲਾ ਪਾਇਆ ਪਤਾ ਨਹੀਂ ਕੁਣਿਆ ਖਾਣਾ ਬਹਿੜੇ ਗਨਵਾਲੇ ਛਾਲੇ ਕੋਈ ਬੰਦੇ ਬੈਠੇ ਹੋਏ ਥਾ ਕੋਈ ਮਹਿਮਾਨ ਬੜੇ ਫਰੈਸ਼ ਹੋਏ ਹੋਏ ਜਿਹਦਾ ਕਿਸੇ ਕਿਸੇ ਗਵਾਲੀ ਕਰਨੇ ਪਏ ਅੱਗੇ ਕੁਝ ਵੀ ਨਹੀਂ ਤਾਂ ਹੀ ਗਵਾਲੀ ਕਰਨੇ ਅੱਜ ਤਰ੍ਹਾਂ ਹੈ ਨਾ ਇਹ ਟੂਮ ਨਵੀਂ ਆਈ ਕੋਰ ਵਿੱਚ ਇਹ ਕਾਲੇ ਤਰ੍ਹਾਂ ਬੈਣੇ ਵਿਕਣੇ ਨੇ ਚਾਰ ਹਨ ਬਲਕਿ ਜੀ ਇੱਕ ਇਹ ਵੀ ਆ ਇਹ ਮੈਂ ਤਾਂ ਕਹਿ ਬੋਲੀ ਫਿਰ ਕੋਲ ਖਵਾਲੀ ਬੋਲੀ ਅਲਾ ਅਲਾ ਕਹੀ ਸਕਣਾ ਇਹ ਸਥਾਨ ਹੈ ਬੱਛਾ ਮਲੂ ਵਾਲੇ ਭਨੇ ਡੋਰੇ ਪਰ ਗਿਆ ਸਾਰਾ ਸਥਾਨ ਸੀ ਨਵਾਲੀ ਦਵਾਲੀ ਦਾ ਆਪਣਾ ਮਰਾਖਾ ਵੀ ਚੱਲ ਗਿਆ ਵੀ ਵਰਸ ਦਿਹਾੜੀ ਨਾ 1:30 ਹੋਇਆ
ਤਾਂ ਟੈਂਪਰੇਚਰ ਆ 41 ਮੰਜੀਆਂ ਤਾਂ ਕਿਸੇ ਕਿਣਿਆ ਅਸੀਂ ਤਾਂ ਚਿੱਕੜਾ 'ਚ ਬੈਠੀਆਂ ਵਾਂ ਤਾਂ ਗਈਆਂ ਵੀ ਠੰਡੀ ਜਗ੍ਹਾ ਲੋੜੀ ਤਾਂ ਅਸੀਂ ਤਾਂ ਬੈਠੀਆਂ ਵਾਂ ਐ ਧੁੱਪਾਂ ਹੀ ਬੈਠੀਆਂ ਵਾਂ ਪਰ ਮੰਝਾਂ ਛਾਵੇਂ ਬੈਠੀਆਂ ਵਾਂ ਕੁੱਕੜ ਕਥਾ ਇਕੱਠੇ ਹੋਏ ਇਹ ਦਿਹਾੜੀ ਦਾ ਨਜ਼ਾਰਾ ਆ ਆਪਸ ਬਣਦੇ ਹਾਂ ਜਾਂ ਬਿਲਕੁਲ ਉੱਪਰ ਹੀ ਆ ਕੁਝ ਡੰਗਰ ਚਰਨੇ ਪਏ ਮੈਂ ਲਿਫਟ ਘਿਲਦੀ ਉੱਥੋਂ ਸੰਗੀਆ ਕਿਸੇ ਕੋਲ ਮੋਟਰਸਾਈਕਲ ਆ ਲਾਈ ਗਿਆ ਜੋ ਲਿਆ ਘਰ ਨਮਾਜ਼ ਪੜ੍ਹਸਾਂ ਫਿਰ ਥੋੜ੍ਹਾ ਜਿਹਾ ਰੈਸਟ ਕਰਸਾਂ ਫਿਰ ਤੱਕਣਿਆਂ ਕੁਦਰ ਨਿਕਲਣੇ ਆ ਸੱਤ ਥੋੜ੍ਹੇ ਜਿਹੇ ਬੜੇ ਹੋਏ ਕੇ ਫੰਕਸ਼ਨ ਕੱਢੀਏ ਇੰਨਾ ਜਿਹੜਾ ਕਾਲਾ ਤੁਸੀਂ ਟੈਸਟ ਨਾ ਲੈਣਾ ਇੱਕ ਗਿਆ ਇੱਕ ਚਿੱਟਿਆਂ ਨੇ ਨਾ ਲੈਣਾ ਬਲਕਿ ਦੋ ਚਿੱਟਿਆਂ ਨੇ ਨਾ ਲੈਣੇ ਗਏ ਸ਼ਹੀਦ ਹੋ ਜਾਏ ਬੜਾ ਬਨਵਾਸ ਬੰਨੇ ਪੈ ਗਏ ਇਹ ਵੀਵਰ ਸ਼ਾਮ ਹੈ ਵੀ ਆਪਾਂ 6 ਹੋਈ ਗਏ ਤਾਂ ਟੈਂਪਰੇਚਰ ਹੈ 36-37 ਪਰ ਸਟਿਲ ਧੁੱਪ ਚਮਕਣੀ ਤੀ ਕੋਈ ਚੁਗਣੇ ਗਏ ਕੋਈ ਲਵਾ ਜਾਣਾ ਜਾਣਾ ਇੱਧਰ ਘੰਟਾ ਰਹਿ ਗਿਆ ਦੇਣਾ ਘੰਟਾ ਵੀ ਨਹੀਂ ਪੂਰਾ ਰਹਿ ਗਿਆ ਸਮਝਾਉਣਾ ਕਿਉਂਕਿ 20 ਮਿੰਟ ਬੜ ਮਗਰ ਹੋ ਜਾਣੀ ਵੀਵਰ ਵਹਿ ਚਲਾ ਗਿਆ ਥੱਲੇ ਰਹਿ ਗਏ 12-15 ਮਿੰਟ ਮਗਰ ਬਣੇ ਮੰਜਾਂ ਆਈ ਗਈਆਂ ਤਾਂ ਗਾਂ ਹੀ ਕਾਈ ਕੇ ਬੱਚੇ ਸੁਣਾਏ ਉਹ ਆਦਰ ਪਤਾ ਨਹੀਂ ਕਿਆ ਕਰਨਾ ਪਿਆ ਆਦਰ ਹੋਰ ਆਦਰ ਗਿਆ ਚਲੋ ਅੰਦਰ ਹੋਏ ਟਾਈਮ ਹੋ ਗਿਆ ਨਾ
ਸ਼ੀਲਾ ਨੇ ਡਿਨਰ ਚਾਹੀ ਹੈ ਜੁਦੀ ਹੈ ਸ਼ੀਲਾ ਕੀ ਦੀ ਹੈ ਸ਼ੀਲਾ ਡਿਗਣੀ ਵੀ ਹੇ ਸ਼ੀਲਾ ਬਿਸਮਿਲਲਾ ਉਹ ਚਾਹੀਦੇ ਦੋ ਵੀ ਲੈ ਫਟਾਫਟ ਸਾਹਮਣੇ ਵੀ 8 ਵਜੇ ਤਾਂ 20 ਮਿੰਟ ਹੋਈ ਗਏ ਬਾਹਰ ਧੂੜ ਦੱਸਣੀ ਅਸੀਂ ਉਸ ਉੱਡਣੀ ਵੀ ਵੈਸੇ ਤਾਂ ਕੋਈ ਨਹੀਂ ਦੱਸਣੀ ਹਨੇਰੇ ਵਿੱਚ ਪਰ ਕੈਮਰੇ ਵਿੱਚ ਦੱਸਣੀ ਵੀ ਕਿਉਂਕਿ ਨਿੱਕੀ ਨਿੱਕੀ ਆਵਾਜ਼ ਚੱਲਣੀ ਵੀ ਆਹਣਾ ਤਾਂ ਕੀ ਨਹੀਂ ਹੈ ਕੋ ਭਰਾ ਨੇ ਸਟਾਰਟ ਕਰ ਦਿੱਤਾ ਤਾਂ ਉੱਥੇ ਬਾਜ਼ਾਰਾਂ 'ਚ ਕਿਸੇ ਆਸਾਂ ਕੀ ਕੁਮਾਰੀ ਦੇ ਸੀਗੇ ਕਿਉਂਕਿ ਮਾੜੀ ਕੋਲੋਂ ਕਿੱਕ ਨਹੀਂ ਲੱਗਣੀ ਹੈ ਚਮਕਣਾ ਪਿਆ ਮੋਟਰਸਾਈਕਲ ਵਾਲਾ ਜੀ ਮਾਸ਼ਾ ਅੱਲਾ ਇਹ ਵਿਊਵਰਸ ਕੀ ਮੈਂ ਕਾਲੇ ਨਾ ਵੀ ਕਰਾਉਣਾ ਆ ਜਿਹੜਾ ਨਵਾਂ ਕਾਲਾ ਆ ਯਾਨੀ ਇਹ ਪਰ ਕ੍ਰੈਸ਼ ਹੈ ਕ੍ਰੈਸ਼ ਮਸ਼ੀਨ ਇਹ ਥੱਲੇ ਇਹਨਾਂ ਦੀ ਰਿਹਾਇਸ਼ ਇਹ ਗਾ ਕੋਠੀਆਂ ਜਿਹੜੀਆਂ ਉਹ ਨਵੀਆਂ ਹੈ ਇਹ ਵੀ ਨਵੀਆਂ ਹੀ ਆ ਇਹ ਮਾਜਦ ਨਾਲ ਡੇਰਾ ਇਹ ਉੱਪਰ ਘਰ ਵੀ ਭੱਜੀਆਂ ਸਾੜਿਆਂ ਨੇ ਕਦਾ ਜ਼ਮਾਨੇ ਜਿੱਥੇ ਆਖਦੇ ਲੋਕ ਅਸੀਂ ਡਰਨੇ ਹੋਣੇ ਤੇ ਵੀ ਨਹੀਂ ਪਤਾ ਖੈਰ ਕਿਉਂਕਿ ਅਸਾਂ ਤਾਂ ਜੋ ਦਿੱਤੀਆਂ ਖੈਰ ਇੱਧਰ ਕੋਈ ਰਾਬਤਾ ਨਹੀਂ ਹੋਇਆ ਲੱਗਦਾ ਰਾਤੀ ਨਾ ਆਏ ਰਾਤੀ ਇੱਥੇ ਲਿਖਦੇ ਲੋਕ ਡਰਨੇ ਹੋਣੇ ਤੇ ਹੁਣ ਤਾਂ ਕੀ ਸਕਦੇ ਹੋ ਕਿ ਇੱਥੇ ਚਾਰ ਪੈਲੇ ਯਾਨੀ ਕਿ ਇੱਕ ਨਵਾਂ ਸ਼ਹਿਰ ਬਣਦਾ ਵਾ ਨਵਾਂ ਮੋਹਲਾ ਕਾਲਾ ਇਹ ਨਵਾਂ ਕਾਲਾ ਆ ਸਾਰਾ ਇੱਧਰ ਹੁਣ ਰੈਡ ਬਰਨੀ ਵੀ ਪਤਾ ਨਹੀਂ ਕਿ ਗੱਡੀ ਖਰਚੀ ਵੀ ਆ ਗਿਆ ਟਰਾਂਸਪੋਰਟ ਲਾਉਣਾ ਖਰਚਾ ਵਾਲਾ ਬੋਲ ਵੀਵਰ ਨਾਈਟ ਵਿਊ 'ਚ ਮੈਸੇਜ ਦੱਸਣਾ ਹੈ ਬਹਿੜੇ ਤਾਂ ਕੀ ਸਕਦੇ ਹੋ ਇਹ ਚੌਧਰੀ ਮੋਇਨ ਖਲੋ ਮੈਂ ਉਹ ਸਹੀ ਦੱਸਾਂ ਨਾ ਕੋਈ ਖਲਤਾ ਵਾ ਮੋਇਨ ਇੱਧਰ ਖਲਤਾ ਵਾ ਇਹ ਇਸ ਨਾਲ ਡੇਰੇ ਪਰਾਇਆ ਜੀ ਰਾਤੀ ਮੈਂ ਇਹ ਆ ਡੇਰਾ ਗਾਲੇ ਵਿੱਚ ਨਵਾਂ ਗਾਲਾ ਜਿਹੜਾ ਬਣਦਾ ਨਵਾਂ ਬਾਜ਼ਾਰ ਬਾਜ਼ਾਰ ਨਹੀਂ ਬਣਦਾ ਬਲਕਿ ਮੋੜਾ ਬੈਠੇ ਮੈਂ ਦਿਹਾੜੀ ਤੁਸੀਂ ਪੂਰਾ ਵਿਊ ਕਰਾਸਾਂ ਪਰ ਜੇ ਦਿਹਾੜੀ ਮੈਂ ਥੋੜ੍ਹੀ ਫੇਰੀ ਨਾ ਸਕਣਾ ਥੋੜ੍ਹੀ ਗਰਮੀ ਹੋਣੀ ਅਤੇ ਜਿਸ ਵਜ੍ਹਾ ਨਾਲ ਮਾੜਾ ਜ਼ਖਮ ਖਰਾਬ ਹੋਣਾ ਰਾਤੀ ਰਾਤੀ ਸਿਰ ਬੈਠੇ ਨਾਲ ਵਿਊ ਕਰਾਉਣਾ ਆ ਕੀ ਸਕਦੇ ਹੋ ਬੈਠੇ ਆਕੜੇ ਵੇ ਬੜੇ ਆਰਾਮ ਸਕੂਨ ਨਾਲ ਕਿਉਂਕਿ ਬੜੀ ਠੰਡਕ ਹੈ ਤਾਂ ਬੜੇ ਠੰਡੇ ਠੰਡੇ ਬੈਠੇ ਸੀ ਮੈਂ ਠਾਲੀ ਹੋੜੇ ਸਾਰੇ ਮਾਸ਼ਾ ਅੱਲਾ ਦੋ ਤਾਂ ਇਹ ਤਰੈ ਤਾਂ ਇਹ ਚਾਰ ਹਰ ਕਿਸਮ ਦਾ ਬੇੜਾ ਸਕੀ ਤੂੰ ਲੱਭਸੀ ਅਗਰ ਅੱਛਾ ਹੋਦਾ ਕੀ ਸਕਦੇ ਹੋ ਹਰ ਵਰਾਇਟੀ ਤਾਂ ਮੌਜੂਦ ਹੈ ਤਗੜੇ ਤੋਂ ਤਗੜਾ ਬੇੜਾ ਵੀ ਲੱਭਸੀ ਤਾਂ ਮਤਲਬ ਦਰਮਿਆਨੇ ਵੀ ਲੱਭਸਣ ਸਕੀ ਪੱਕੇ ਦਵੰਦੇ ਮੁਨਾਸਬ ਕੀਮਤ ਵਾਲੇ ਵੀ ਹਾਈ ਕੀਮਤ ਵਾਲੇ ਵੀ ਥੇ ਮਾਸ਼ਾ ਅੱਲਾ ਇਹ ਤਾਂ ਕਿਸੇ ਕਹਿੰਦੇ ਚਿੱਟਾ ਬੈੜਾ ਔਰ ਮਾਸ਼ਾ ਅੱਲਾ ਸਾਰੇ ਰੱਸੇ ਇਹਨੇ ਮੈਂ ਦਿਹਾੜੀ ਪੂਰਾ ਫਿਲਮ ਅੱਛੀ ਤਾਂ ਬਣਾ ਸਾਂ ਪਰ ਜਿਹੜੇ ਚੰਗੇ ਚੰਗੇ ਉਹ ਵਿਕੀ ਜਾਣੇ ਅਸਲੀ ਸੁਣੇ ਦਿਹਾੜੀ ਉਹ ਦਿਹਾੜੀ ਨਿਕਲੀ ਜਾਣੇ ਅੱਜ ਇਹ ਵੀ ਚੰਗੇ ਨੇ ਪਰ ਹੋਰ ਚੰਗੇ ਵੀ ਅੱਛ ਸਨ ਅੱਜ ਇਨਸ਼ਾ ਅੱਲਾ ਕਿਉਂ ਜੀ ਮਜ਼ੀਦ ਬੈੜੇ ਹੋਰ ਵੀ ਅੱਛ ਸਨ
ਇੱਕ ਦੋ ਤਰੇ ਚਾਰ ਪੰਜ ਛੇ ਦਸ ਸੱਤ ਇੱਧਰ ਬੰਦੇ ਦੋ ਤਰੇ ਉੱਧਰ ਭਰੇ ਬੰਦੇ ਉਸ ਦੱਸ ਦਿੱਤਾ ਸੀ ਸੂਈ ਪਛੜਾ ਤਾਂ ਕਿਸੇ ਕਿਹੜੇ ਨਾਲ ਆਹ ਲਾਣੀ ਲਿਆ ਇਹ ਦਸ ਗਾਹ ਨਾਲ ਅਤੇ ਨਵੀਂ ਆਈ ਕੱਲ੍ਹ ਫਿਰ ਆਈ ਮਾਰਿਆ ਨਾ ਏ ਤਕੜੀ ਮਾੜੀ ਹੱਥੇ ਮਾੜੇਦਾਰ ਹਾਂ ਲਾਣੀ ਲਿਆ ਇਹ ਬੈਲਾ ਵੀ ਮੋਹਿਨੇ ਡੇਰੇ ਪਰ ਜੀ ਇਹ ਵੀ ਵਿਕਣਾ ਪਿਆ ਯਾਨੀ ਸਾਰੇ ਨਾਲੋਂ ਬੜਾ ਤਗੜਾ ਤਾਂ ਮਹਿੰਗਾ ਬੈਲਾ ਇਹ ਹੀ ਹੈ ਇੱਥੇ ਅਗਰ ਕਿਸੇ ਚਾਹੀਦਾ ਤਾਂ ਇਹ ਵੀ ਰਾਬਤਾ ਕਰ ਸਕਦੇ ਹਾਂ ਮੋਹਿਨ ਨਾਲ ਉਹ ਇੱਧਰ ਤੱਕਣਾ ਉਹ ਸ਼ੇਰਾ ਇਸ ਥੋੜ੍ਹੀ ਜਿਹੀ ਠੰਡ ਲੱਗੇਗੀ ਕਿਉਂਕਿ ਇੱਥੇ ਕਾਫੀ ਠੰਡ ਹੈ ਏ ਸੀ ਨਾਲੋਂ ਜ਼ਿਆਦਾ ਟੈਂਪਰੇਚਰ ਲੋ ਹੈ ਇੱਥੇ ਇੱਥੇ ਟੈਂਪਰੇਚਰ ਇਸ ਲਈ ਸੀ 13-14 ਇਤਨਾ ਪਾਉਣਾ ਚਾਹੀਦਾ ਕਾਲੇ ਵਿੱਚ ਇਹ ਬੈੜਾ ਵਿਕਣਾ ਪਿਆ ਜੀ ਤਾਂ ਕਹਿ ਸਕਦੇ ਹੋ ਕਿਤਨਾ ਪਿਆਰਾ ਰੰਗ ਹੈ ਇਸ ਬੈੜੇ ਨਾਲ ਆਇਓ ਬੈੜਿਆ ਮਾਸ਼ਾਅੱਲਾ ਤਰੇ ਬੈੜੇ ਵਿਊਵਰ ਇੱਧਰ ਵਧੇ ਵੇ ਇਹ ਡੱਬਾ ਜਿਹਾ ਆ ਤਾਂ ਕਹਿ ਸਕਦੇ ਹੋ ਇਹ ਥੋੜ੍ਹਾ ਦਰਮਿਆਨ ਆਇਆ ਬਹੁਤ ਬੜਾ ਨਹੀਂ ਇੱਕ ਇਹਦਾ ਹੈ ਇਹ ਵੀ ਡੱਬਾ ਤੇ ਤਰ੍ਹਾਂ ਹੀ ਹੈ ਹੁਣ ਨਾਈਟ ਟਾਈਮ ਸਹੀ ਜੇ ਦਿਸਣੇ ਨਹੀਂ ਹਨ ਪਰ ਦਿਹਾੜੀ ਵਸੇ ਮੈਂ ਵਿਊ ਕਰਾਸਾਂ ਅਤੇ ਤੁਸਾਂ ਛੋ ਆਪੂ ਦਿਹਾੜੀ ਆਰਾਮ ਸਕੂਨ ਨਾਲ ਤੱਕ ਹੀ ਸਕਦੇ ਹੋ ਇਹ ਬਿਲਕੁਲ ਗਾਲੇ ਨੇ ਬਿਸ਼ਕਾਰ ਹੈ ਵਿੱਚ ਇੱਕ ਵੱਖ ਡੇਰਾ ਬਣਤਾ ਵਾ ਮੋਇਨਾ ਇਹ ਉੱਥੇ ਹਨ ਬੈੜੇ ਜੇ ਛਤਰੋਂ ਵਾਲੇ ਪਾਸੇ ਛੋ ਤਾਂ ਵੀ ਬਿਸ਼ਕਾਰ ਹੈ ਅਤੇ ਜੇ ਆਪਣੇ ਛਤਰੋਂ ਮੋੜ ਵਾਲੇ ਪਾਸੋਂ ਛੋ ਤਾਂ ਵੀ ਇਹ ਜਿਹੜਾ ਨਾ ਪਹਿਲਾ ਡੇਰਾ ਇਸ ਨਾ ਯਾਨੀ ਇਹ ਬੁੰਨ ਕਾਰਨ ਜਿਹੜੇ ਨਵੇਂ ਗਾਲੇ ਵਾਲੇ ਬਣਤੇ ਵੇ ਇੱਥੋਂ ਉੱਪਰ ਜਾਓ ਤਾਂ ਸਾਡੇ ਮਾਮੇ ਗੁਲਜ਼ਾਰ ਭੱਟੀ ਦੇ ਘਰ ਇੱਥੇ ਨਾਲ ਉੱਪਰ ਅਤੇ ਨਾਲ ਅਪਰੂ ਛੋ ਗਾਲੇ ਵਾਲੇ ਪਾਸੋਂ ਮਤਲਬ ਛਤਰੋਂ ਮੋੜ ਵਾਲੇ ਪਾਸੋਂ ਛੋ ਤਾਂ ਇਹ ਸੱਜੇ ਪਾਸੇ ਅਸਣਾ ਸੋਰੀ ਖੱਬੇ ਪਾਸਾ ਅਤੇ ਜੇ ਛਤਰੋਂ ਵਾਲੇ ਪਾਸੋਂ ਉੱਪਰ ਚੜੋ ਤਾਂ ਇਹ ਸੱਜੇ ਪਾਸਾ ਸੱਜੇ ਹੱਥਾਂ ਪਰ ਇਹ ਡੇਰਾ ਆ ਬਲਕਿ ਸਹੀ ਦਿੱਸੀ ਵੈਸੀ ਕਿਉਂਕਿ ਇਕੱਲਾ ਡੇਰਾ ਆ ਬੜਾ ਇਹ ਸਾਰੇ ਡੰਗਰ ਇੱਥੇ ਹਨ ਅੱਛੋ ਇੱਥੇ ਵਿਜ਼ਿਟ ਕਰੋ ਮੋਹਿਨ ਨਾਲ ਰਾਬਤਾ ਕਰੋ ਮੋਹਿਨ ਤੁਹਾਡਾ ਨੰਬਰ ਫੋਨ ਨੰਬਰ ਗਿਆ ਬੋਲੀ ਉਹਨਾਂ 0324-7439-651 ਫੋਨ ਨੰਬਰ ਵੀ ਅਗਰ ਫੋਨਾਂ ਪਰ ਰਾਬਤਾ ਕਰੋ ਤਾਂ ਪੁੱਛ ਹੀ ਸਕਦੇ ਹੋ ਜਿਹੜੀ ਵੀ ਕੀਮਤ ਪੁੱਛਣੀ ਸਭ ਬੈਠ ਨਹੀਂ ਜਾਂ ਜੋ ਕੁਝ ਵੀ ਆ ਤਾਂ ਸਭ ਪੁੱਛ ਹੀ ਸਕਦੇ ਹੋ ਰਾਬਤਾ ਕਰੀ ਤਾਂ ਅਸੀਂ ਤਾਂ ਵਿਜ਼ਿਟ ਵੀ ਕਰ ਸਕਦੇ ਹੋ ਐਨੀ ਟਾਈਮ ਕਿਉਂਕਿ ਹਰ ਵੇਲੇ ਇੱਥੇ ਬੰਦੇ ਹੋਣੇ ਕੋਈ ਨਾ ਕੋਈ ਸਹੀ ਤਾਂ ਲੱਭੀ ਜਾ ਸੀ ਯਾਨੀ 24 ਆਵਰ ਇਹ ਓਪਨ ਹੋਣਾ ਡੇਰਾ ਹਾਂਜੀ ਵੀਰ ਇਹ ਨਿੱਕਾ ਜਿਹਾ ਵਲਾਗ ਵਿੱਚ ਤੱਕਿਆ ਹੋ ਸੀ ਅਤੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਪਸੰਦ ਆਇਆ ਹੋ ਸੀ ਅਗਰ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਰਿਆ ਅਤੇ ਨਾਲ ਜਿਹੜਾ ਕੋਈ ਨਵਾਂ ਆਇਆ ਸਬਸਕ੍ਰਾਈਬ ਵੀ ਕਰਿਆ ਇਨਸ਼ਾਅੱਲਾ ਕੱਲ੍ਹ ਮਿਲਸਾਂ ਇੱਕ ਨਵੇਂ ਵਲਾਗ ਨਾਲ ਤਾਂ ਲੱਤ ਮਾੜੀਆਂ 'ਚ ਕਾਫੀ ਸਾਰੀ ਬਿਹਤਰ ਲੱਗਣੀ ਪਈ ਕੱਲ੍ਹ ਇਨਸ਼ਾਅੱਲਾ ਪੂਰਾ ਬਾਹਰ ਨਿਕਲ ਸਾਂ ਤਾਂ ਕੋਈ ਹੋਰ ਵੀਡੀਓ ਬਣਾ ਸਾਂ ਤਾਂ ਲੰਮਾ ਜਿਹਾ ਵਲਾਗ ਤੁਹਾਨੂੰ ਨਾਲ ਸ਼ੇਅਰ ਕਰ ਸਾਂ ਇਨਸ਼ਾਅੱਲਾ ਤਾਂ ਹੁਣ ਵੀ ਕੀ ਦਿਓ ਇਜਾਜ਼ਤ ਕਿਉਂਕਿ ਰਾਤਾਂ ਨੇ ਤਕਰੀਬਨ 11:45 ਹੋਈ ਗਏ ਤਾਂ ਜ਼ਹਿਰ ਮੈਂ ਸੈਸਾਂ ਸਵੇਰਾ ਤਾਂ ਹੀ ਉੱਠਸਾਂ ਵੀ ਦਿਓ ਇਜਾਜ਼ਤ ਕੱਲ੍ਹ ਮਿਲਸਾਂ ਸੁਬਾਹ ਬਸ਼ਰਤੇ ਜ਼ਿੰਦਗੀ ਇੱਕ ਨਵੇਂ ਵਲਾਗ ਨਾਲ ਅੱਲਾ ਸੋਹਣੇ ਵਾਲਾ ਹੈ ਖੁਦਾ ਹਾਫਿਜ਼।